ਸਾਡਾ ਜੋਰਾ ਸਿੰਘ ਮਹਾਨਗਰ ਜੀ ਮੈਂ ਬੰਜਾਰ ਸਿੰਘ ਕਿਸਾਨ ਯੂਨੀਅਨ ਦਾ ਪ੍ਰਧਾਨ ਹਾਂ ਜੀ ਇਸ ਮੱਲੇ ਦੇ ਰਹਿਣ ਵਾਲੇ ਸਾਡੇ ਪਾਣੀ ਦੀ ਪ੍ਰੋਬਲਮ ਬਹੁਤ ਦੇਰ ਤੋਂ ਹੈ ਅਸੀਂ ਕਈ ਕੰਪਲੇਂਟਾਂ ਕੀਤੀਆਂ ਨੇ ਔਰ ਕਈ ਵਾਰੀ ਯੂਨੀਅਨ ਮਿਲੇ ਹੈ ਔਰ ਜਾ ਕੇ ਪ੍ਰਸ਼ਾਸਨ ਬਲਤੇਜ ਸਿੰਘ ਸਾਡਾ ਇੱਥੇ ਦਾ ਹੈ ਸੁਪਰਵਾਈਜ਼ ਜਿਹੜਾ ਕੰਮ ਕਰਾਉਂਦਾ ਅਸੀਂ ਉਹਨਾਂ ਨੂੰ ਕਈ ਵਾਰ ਮਿਲੇ ਸਾਡੇ ਕੋਈ ਗੌਰ ਨਹੀਂ ਕਰਦੀ ਜੀ ਆਉਂਦੇ ਆ ਦੋ ਕੁ ਟੈਂਕਰ ਪਾਣੀ ਦੇ ਗੱਡੇ ਉਸ ਤੋਂ ਬਾਅਦ ਫਿਰ ਲੈ ਕੇ ਚਲੇ ਜਾਂਦੇ ਉਹ ਘੰਟੇ ਬਾਅਦ ਪਾਣੀ ਫਿਰ ਜੁੜ ਜਾਂਦਾ ਸਾਡਾ ਇੱਕ ਸਿਵਰੇਜ ਦਾ ਬਹੁਤ ਮੁਸ਼ਕਲ ਪੂਰੀ ਢਾਲ ਨਹੀਂ ਹੈਗੀ ਢੰਗ ਦੀ ਇੱਕ ਛੋਟੀਆਂ ਪਾਈਪਾਂ ਪਾਈਆਂ ਹੋਈਆਂ ਔਰ ਇਹਦੇ 'ਚ ਇੰਨੀ ਗੰਦਗੀ ਜੰਮੀ ਪਈ ਹੈ ਨਾ ਵੀ ਇੱਕ ਟੂਟੀ ਚੱਲੇਗੀ ਤਾਂ 3 ਮਿੰਟਾਂ ਬਾਅਦ ਪਾਣੀ ਬਾਹਰ ਆ ਜਾਣਾ ਜੀ ਪੂਰੀ ਗਲੀ ਭਰੀ ਰਹਿੰਦੀ 24 ਘੰਟੇ ਬਿਲਕੁਲ ਨਹੀਂ ਪਾਣੀ ਜਾਂਦਾ ਤੁਹਾਡੇ ਅੱਖਾਂ ਦੇ ਸਾਹਮਣੇ ਆ ਲਾਂਘਾ ਟਾਪਾ ਜਦੋਂ ਵੀ ਇੱਕ ਵਹੀਕਲ ਲੈ ਕੇ ਲੰਘਦਾ ਪਾਣੀ ਉਛਲ ਕੇ ਲੋਕਾਂ ਦੇ ਘਰਾਂ ਦੇ ਅੰਦਰ ਜਾਂਦਾ ਹਰ ਇੱਕ ਇਹ ਤਾਂ ਨਹੀਂ ਵੀ ਗੇਟ ਬੰਦ ਕਰਕੇ ਰੱਖਣਾ ਔਰ ਕਈ ਵਾਰੀ ਜਿਵੇਂ ਬਾਹਰ ਕੂਲਰ ਲਾਇਆ ਅੰਦਰ ਗੰਦਗੀ ਬਦਬੂ ਅੰਦਰ ਜਾਂਦੀ ਹੈ ਇੱਥੇ ਬਹਿਣਾ ਵੀ ਦੁਰਲਭ ਹੈ ਬਿਮਾਰੀਆਂ ਫੈਲਣ ਦਾ ਡਰ ਹੈ ਬੱਚੇ ਸਕੂਲ 3-4 ਸਕੂਲ ਹੈ ਜੀ ਇੱਥੇ ਬੱਚੇ ਲੰਘ ਕੇ ਜਾਂਦੇ ਆ ਉਹਨਾਂ ਦੇ ਕਈ ਵਿਚਾਰੇ ਸਾਈਕਲਾਂ 'ਤੇ ਜਾਣ ਵਾਲਾ ਗਰੀਬ ਤਬਕਾ ਇੱਥੇ ਰਹਿਣ ਵਾਲਾ ਸਾਈਕਲਾਂ 'ਤੇ ਜਾਂਦੇ ਤਾਂ ਡਿੱਗ ਪਏ ਬਸ 'ਤੇ ਡਿੱਗ ਪਏ ਜਵਾਕ ਡਿੱਗ ਪਏ ਕਿਤੇ ਖੱਡੇ 'ਚ ਪੈਰ ਫਿਸਲ ਗਿਆ ਤਾਂ ਡਿੱਗ ਪਏ ਬੜੀ ਮੁਸ਼ਕਲ ਹੈ ਸਾਨੂੰ ਬਿਮਾਰੀਆਂ ਫੈਲਣ ਦਾ ਡਰ ਹੈ ਔਰ ਅਸੀਂ ਤਾਂ ਕਹਿੰਦੇ ਸਾਡਾ ਪ੍ਰੋਪਰ ਹੱਲ ਕੀਤਾ ਜਾਵੇਗਾ ਸਿਵਰੇ ਪੱਟਿਆ ਜਾਏ ਤਾਂ ਨਵਾਂ ਪਾਇਆ ਜਾਵੇ ਬੜੀਆਂ ਪਾਈਪਾਂ ਪਾ ਕੇ ਸਾਡੀ ਸੜਕ ਵੀ ਨੀਵੀਂ ਹੈਗੀ ਹੈ ਅੱਜ ਤੋਂ 3-4 ਗਲੀਆਂ ਪਿੱਛੇ ਉੱਪਰ ਹੈ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਸਾਡੇ ਸੇਠੀ ਸਾਹਿਬ ਨਗਰ ਕੌਂਸਲ ਦੇ ਲੇਕਿਨ ਅਸੀਂ ਉਹਨਾਂ ਨੂੰ ਕਈ ਵਾਰੀ ਕਹਿੰਦੇ ਮਤਲਬ ਨਹੀਂ ਪੈਦਾ ਹੁੰਦਾ ਬਸ ਸਾਡੇ ਜੋ ਮਤਰੀ ਮਾਂ ਵਾਲਾ ਸਲੂਕ ਕੀਤਾ ਜਾਂਦਾ ਜੀ ਉਹ ਇੱਧਰ ਬਿਲਕੁਲ ਨਿਗਾਹ ਹੀ ਨਹੀਂ ਕਰਦੇ ਸਹੀ ਹੈ ਇੱਧਰ ਵੀ ਮਾੜੇ ਤਬਕੇ ਵਾਲੇ ਦੂਸਰੀ ਪਾਰਟੀ ਨਾਲ ਰਲੇ ਜਾਂ ਕਾਂਗਰਸ ਹੀ ਇਸ ਕਰਕੇ ਸਾਨੂੰ ਉਹ ਤਾਂ ਨਹੀਂ ਪਾਰਟੀ ਬਾਜੀ ਕਰਕੇ ਸਾਡਾ ਮਤਲਬ 1% ਵੀ ਇੱਧਰ ਕੋਈ ਆ ਕੇ ਸਾਨੂੰ ਦੇਖਣ ਅਸੀਂ ਅਗਰ ਕਹਿੰਦੇ ਵੀ ਹੈ ਤਾਂ ਬਸ ਐਵੇਂ ਆਉਂਦੇ ਆ ਫਾਰਮੈਲਿਟੀ ਪੂਰੀ ਕਰਕੇ ਵੀ ਥੋੜੀ ਥੋੜਾ ਕੱਢਿਆ ਵੀ ਛੇੜ ਜੀ ਫੱਟੀ ਮਾਰੀ ਇੱਕ ਟੈਂਕਰ ਕੱਢਦੇ ਸਾਡੇ ਥੋੜੀ ਜਾਂਦੇ ਬਸ ਹੁਣ ਸੁੱਕ ਜਾਏਗਾ ਪਾਣੀ ਲੇਕਿਨ ਘੰਟੇ ਬਾਅਦ ਫਿਰ ਹੀ ਆ ਜਾਂਦਾ ਜੀ ਅਸੀਂ ਡੀਸੀ ਤੱਕ ਕੇ ਵੀ ਲਿਖ ਕੇ ਦਿੱਤਾ ਹੋਇਆ ਅਸੀਂ ਪ੍ਰਧਾਨ ਨੂੰ ਉੱਥੇ ਵੀ ਜਾ ਕੇ ਆਏ ਨਗਰ ਕੌਂਸਲ ਕੰਪਲੇਂਟਾਂ ਲਿਖਾਈਆਂ ਹੋਈਆਂ ਨੇ ਬੜੀਆਂ ਜਗ੍ਹਾ ਅਸੀਂ ਪਤਾ ਇਸ ਤਰ੍ਹਾਂ ਦੋੜੇ ਕਰ ਜਿਵੇਂ ਵਟਸਐਪ 'ਤੇ ਪਾਉਂਦੇ ਹਾਂ ਆਪਾਂ ਪਰਸ ਰਾਹੀਂ ਦਿੰਦੇ ਹਾਂ ਲੇਕਿਨ ਇਹਨਾਂ ਲੋਕਾਂ 'ਤੇ ਕੋਈ ਅਸਰ ਨਹੀਂ ਹੈ ਕੋਈ ਸੁਣਾਈ ਨਹੀਂ ਅਸੀਂ ਇਹ ਗੱਲ ਕਹਿੰਦਾ ਵੀ ਸਾਡੇ ਦਾ ਪ੍ਰੋਪਰ ਹੱਲ ਕੀਤਾ ਜਾਵੇ ਸੜਕ ਉੱਚੀ ਕੀਤੀ ਜਾਵੇ ਜਾਂ ਨਵਾਂ ਸਿਵਰੇ ਪਾਇਆ ਜਾਂ ਸਾਡਾ ਕੋਈ ਨਾ ਕੋਈ ਹੱਲ ਹੋਣਾ ਚਾਹੀਦਾ ਅਸੀਂ ਪ੍ਰਸ਼ਾਸਨ ਅੱਗੇ ਰਿਕੁਐਸਟ ਕਰਦੇ ਹਾਂ ਔਰ ਮਾੜੇ ਬੰਦੇ ਦੀ ਗਰੀਬ ਲੋਕਾਂ ਦੀ ਸੁਣਵਾਈ ਜ਼ਰੂਰ ਕੀਤੀ ਜਾਵੇ ਪਾਣੀ ਦੀ ਮੇਨ ਪ੍ਰੋਬਲਮ ਹੈ ਸਰ ਜੀ ਪਾਣੀ ਦੀ ਪ੍ਰੋਬਲਮ ਜ਼ਰੂਰ ਹੋਣੀ ਚਾਹੀਦੀ ਹੈ ਸਰ ਪਰੇਸ਼ਾਨੀ ਤਕਰੀਬਨ ਜ਼ਿਆਦਾ ਨਹੀਂ 1 ਸਾਲ ਤੋਂ ਉੱਪਰ ਹੀ ਟਾਈਮ ਹੋ ਗਿਆ ਇਹ ਬਾਰਿਸ਼ ਦਾ ਵੀ ਨਹੀਂ ਪਾਣੀ ਹੈਗਾ ਇਹ ਸਿਰਫ ਸੀਵਰ ਦਾ ਪਾਣੀ ਹੈਗਾ ਇਹ ਬਾਜੇ ਬਾਰਿਸ਼ ਦਾ ਪਾਣੀ ਹੋਏਗਾ ਉਹ ਤਾਂ ਇੰਨਾ ਪਾਣੀ ਹੋ ਜਾਂਦਾ ਨਾ ਇੱਥੋਂ ਲੰਘਣਾ ਕੀ ਸੀਵਰੇਜ ਵੀ ਗਲਤ ਤਾਂ ਨਹੀਂ ਕਿਹਾ ਹੈ ਸਰ ਬਲੋਕਿੰਗ ਜਿਹੜੀ ਹੈ ਅਤੇ ਡਾਊਨ ਇੱਥੇ ਇਹ ਵਿਚਾਲੀ ਡਾਊਨ ਹੋ ਜਾਂਦਾ ਪਾਣੀ ਸਾਰਾ ਇਹ ਤਾਂ ਆਉਂਦੇ ਆ ਪ੍ਰਸ਼ਾਸਨ ਦਾ ਪਰ ਉੱਪਰੋਂ ਪੂਰਾ ਨਹੀਂ ਪ੍ਰਬੰਧ ਕਰ ਰਹੇ ਫਾਰਮੈਲਿਟੀ ਕਰਕੇ ਪੂਰੀ ਜਾਂਦੇ ਰਹਿੰਦੇ ਆ ਡੀਸੀ ਸਾਹਿਬ ਕੋਈ ਅਮਲ ਨਹੀਂ ਇੱਥੇ ਆਉਂਦਾ ਕੋਈ ਕੁਛ ਨਹੀਂ ਐਮ ਸੀ ਨੂੰ ਤਾਂ ਕਾਫੀ ਵਾਰੀ ਮਿਲ ਚੁੱਕੇ ਆ ਇੱਕ ਵਾਰੀ ਨਹੀਂ ਕਾਫੀ ਵਾਰੀ ਮਿਲ ਚੁੱਕੇ ਜੇ ਉਹ ਚਾਹੇ ਨਾ ਅੱਜ ਕੰਮ ਹੋ ਸਕਦਾ ਬਾਕੀ ਉਹ ਕਰਦਾ ਕਰਾ ਕੇ ਰਾਜੀ ਬਣ ਬੱਸੇ ਜੀ ਆ ਦੇਖੋ ਜੀ ਰੋਜ਼ ਦਾ ਹਾਲ ਹੈ ਜੀ ਕੋਈ ਸਾਡੇ ਸਿਵਰੇ ਦਾ ਪ੍ਰੋਪਰ ਹੱਲ ਨਹੀਂ ਹੈਗਾ ਤੇ ਨਾ ਹੀ ਇੰਨੇ ਸਾਲ ਹੋ ਗਏ ਸਾਨੂੰ 12-13 ਸਾਲ ਹੋ ਗਏ ਇਸ ਨੂੰ ਵੇਖਦੇ ਹੋਏ ਐਵੇਂ ਹੱਲ ਹੈਗਾ ਜਿਵੇਂ ਹੈਗਾ ਏ ਆਉਂਦੇ ਨੇ ਬਸ ਕੋਈ ਟੈਂਕਰ ਭਰ ਕੇ ਪਾਣੀ ਦਾ ਕੱਢਤਾ ਸੁੱਟ ਦਿੱਤਾ ਪਿੱਛੇ ਟੈਂਕਰ ਭਰ ਕੇ ਬਸ ਕੱਢਤਾ ਸੁੱਟਤਾ ਪਿੱਛੇ ਇਹੀ ਹੱਲ ਹੈ ਕਦੇ ਇਹਦੀ ਕੋਈ ਢੰਗ ਨਾਲ ਸਫਾਈ ਨਹੀਂ ਹੋਈ ਕੋਈ ਕੁਛ ਨਹੀਂ ਹੋਇਆ ਜੇ ਇਹਦੀ ਢੰਗ ਨਾਲ ਸਫਾਈ ਕਰਨਗੇ ਤਾਂ ਕੋਈ ਪਾਣੀ ਚੱਲੂਗਾ ਸਾਡੀ ਸੜਕ ਦਾ ਟੈਂਡਰ ਹੋਇਆ ਹੈ ਕਹਿੰਦੇ ਸੜਕ ਬਣੇਗੀ ਉੱਥੇ ਦੇ ਉੱਥੇ ਹੀ ਹੈ ਸਮੱਸਿਆ ਜੀ ਬਹੁਤ ਦਿਨਾਂ ਤੋਂ ਹੈ ਇਹ ਪਤਾ ਨਹੀਂ ਕਿੰਨੀਆਂ ਕੁ ਖਬਰਾਂ ਲੱਗ ਚੁੱਕੀ ਨੇ ਕਿੰਨੀ ਕੁ ਕੰਪਲੇਂਟ ਹੈਗੀ ਉੱਥੇ ਜਾ ਕੇ ਸਿਵਰੇਜ ਬੋਰਡ ਜਾ ਕੇ ਵੇਖੋ ਵੀ ਇੰਨੀ ਕੁ ਕੰਪਲੇਂਟ ਇਸ ਮੁਹੱਲੇ ਦੀ ਹੈਗੀ ਹੈ ਨਾ ਕੋਈ ਇਹਦਾ ਹੱਲ ਹੀ ਨਹੀਂ ਹੋਇਆ ਪ੍ਰੋਪਰ ਅੱਜ ਤੱਕ ਆਉਂਦੇ ਨੇ ਪ੍ਰਸ਼ਾਸਨ ਕੋਈ ਆਉਂਦਾ ਹੈ ਵੇਖਣ ਵੇਖ ਕੇ ਬਸ ਚਲੇ ਜਾਂਦੇ ਨੇ ਕੋਈ ਕਿਸੇ ਤਰ੍ਹਾਂ ਦਾ ਕੋਈ ਅਲਟੀਨੇਟਰ ਹੱਲ ਹੀ ਨਹੀਂ ਕੱਢਿਆ ਜਾਂਦਾ ਬਿਮਾਰੀਆਂ ਸਾਰਾ ਵੇਖੋ ਤਾਂ ਅਸੀਂ ਕੀ ਹਾਲ ਹੈ ਪਾਣੀ ਦਾ ਬਿਮਾਰੀਆਂ ਫੈਲਦੀਆਂ ਪਈਆਂ ਨੇ ਬੱਚੇ ਬਿਮਾਰ ਹੋ ਜਾਂਦੇ ਨੇ ਬੱਚੇ ਲੰਘਣ ਨੂੰ ਪਰੇਸ਼ਾਨ ਨੇ ਲੋਕ ਪਰੇਸ਼ਾਨ ਨੇ ਵਿੱਚੋਂ ਪਾਣੀ 'ਚੋਂ ਲੰਘ ਕੇ ਜਾਂਦੇ ਨੇ ਪਿੱਛੇ ਸਕੂਲ ਹੈਗੇ ਨੇ ਦੋ ਬੱਚੇ ਸਕੂਲ ਦੇ ਪਾਣੀ ਵਿੱਚੋਂ ਲੰਘ ਕੇ ਜਾਂਦੇ ਨੇ ਸਾਰੇ ਮੁਹੱਲੇ ਦੇ ਆ ਵੇਖ ਲਓ ਹਾਲ ਕੀ ਹੈ ਅਸੀਂ ਯਾਨੀ ਕਿ ਗਲੀ 'ਚੋਂ ਲੰਘ ਕੇ ਜਾਂਦੇ ਨੇ ਪਾਣੀ 'ਚੋਂ ਲੰਘ ਕੇ ਜਾਣਾ ਪੈਂਦਾ ਸਕੂਲ ਆ ਹੁਣ ਅਸੀਂ ਵੀ ਚੱਲੇ ਹਾਂ ਪਾਣੀ 'ਚੋਂ ਲੰਘ ਕਦੇ ਟਾਇਰ ਸਲਿੱਪ ਕਰ ਜਾਂਦਾ ਹੈ ਕੋਈ ਬੱਚਾ ਡਿੱਗ ਪੈਂਦਾ ਹੈ ਵਿੱਚ ਖੱਡੇ ਵੱਡੇ ਵੱਡੇ ਹੈਗੇ ਨੇ ਵਿੱਚ ਕੋਈ ਕਿਸੇ ਤਰ੍ਹਾਂ ਦੇ ਕੋਈ ਵੀ ਪੂਰੇ ਨਹੀਂ ਗਏ ਘਟਨਾ ਹੋਈ ਹੈ ਜੀ ਇੱਥੇ ਕਿੰਨੇ ਡਿੱਗੇ ਨੇ ਬੱਚੇ ਜ਼ਖਮੀ ਅਮਰਜੀਤ ਇੱਕ ਹੈਗਾ ਮੁੰਡਾ ਨਾਂ ਦਾ ਉਹਦਾ ਮੋਟਰਸਾਈਕਲ ਡਿੱਗ ਗਿਆ ਉਹਦਾ ਸਿਰ ਪਾਟ ਗਿਆ ਬਾਹ ਟੁੱਟ ਗਈ ਬਾਹ ਫ੍ਰੈਕਚਰ ਹੋ ਗਈ ਸੀ ਉਹਦੀ ਕਿਉਂਕਿ ਟਾਇਰ ਲੰਘਦਾ ਪਤਾ ਨਹੀਂ ਲੱਗਦਾ ਖੱਡਾ ਹੈਗਾ ਸਲਿੱਪ ਹੋ ਜਾਂਦਾ ਸਰ ਬਾਰਿਸ਼ਾਂ ਦੇ ਦਿਨਾਂ 'ਚ ਤਾਂ ਸਮਝ ਲਓ ਵੀ ਦਰਿਆ ਹੀ ਬਣ ਜਾਂਦਾ ਸਾਡੀ ਗਲੀ ਤਾਂ ਕੀ ਇਹਦਾ ਜੀ ਪ੍ਰੋਪਰ ਹੱਲ ਹੋਣਾ ਚਾਹੀਦਾ ਸਿਵਰੇਜ ਦਾ ਜਿਵੇਂ ਮਰਜ਼ੀ ਕਰਨ ਇਸਦਾ ਹੱਲ ਹੋਵੇ ਸਿਵਰੇਜ ਨਵਾਂ ਪਵੇ ਚਾਹੇ ਜਿਵੇਂ ਵੀ ਹੋਵੇ ਇਸਦਾ ਹੱਲ ਕਰਨਾ ਚਾਹੀਦਾ ਪ੍ਰਸ਼ਾਸਨ ਨੂੰ ਜਿਹੜੀ ਗੱਲ ਹੈ ਕਿ ਪਾਣੀ ਦੀ 20 ਸਾਲ ਹੋ ਗਏ ਮੇਰੇ ਮਤਲਬ ਜਦੋਂ ਦੀ ਅਕਲ ਆਈ ਆ ਮਤਲਬ 22-23 ਸਾਲ ਉਮਰ ਹੈ ਪਾਣੀ ਉਦੋਂ ਤੱਕ ਹੀ ਖੜਿਆ ਅੱਜ ਤੋਂ 15 ਸਾਲ ਪੁਰਾਣੀ ਫੋਟੋਆਂ ਸਾਡੇ ਘਰੇ ਪਈਆਂ ਅਤੇ ਵਿੱਚੇ ਪਾਣੀ 'ਚ ਐਂ ਲੈ ਕੇ ਖੜੇ ਆ ਲੋਕ ਡੰਗ ਅੱਜ ਤੱਕ ਇਸ ਚੀਜ਼ ਦਾ ਹੱਲ ਨਹੀਂ ਹੋਇਆ ਇਸ ਚੀਜ਼ ਦਾ ਪ੍ਰੋਪਰ ਹੱਲ ਕੀਤਾ ਜਾਵੇ ਤਾਂ ਜੋ ਬੱਚੇ ਸਵੇਰੇ ਲੰਘਦੇ ਆ
इस चीज का मेरी मांग है प्रोपर हल किया जाए, जे ना हल होया तो फिर सानू करना आएगा, असं आपे कर लांगे। देखो सामने तुसी आनियां बह गईयां करां दियां।